ਜ਼ਾਰੇ ਲਾਉਣ ਵਾਲੇ ਲੋਕ ਇਹਨਾਂ ਕੀ ਦਿੱਤਾ ਤੁਹਾਨੂੰ ਕੀ ਦਿੱਤਾ ਕਿਸਾਨੀ ਨੂੰ ਅੱਜ ਕਿਸਾਨੀ ਅਗਰ ਜਿੱਤ ਕੇ ਆਈ ਹੈ ਕਿਸਾਨ ਦੀ ਪੱਗ ਅੱਜ ਸੁਰਖਰੂ ਹੋਈ ਹੈ ਪਗੜੀ ਸੰਭਾਲ ਜੱਤਾ ਮੂਵਮੈਂਟ ਤੋਂ ਬਾਅਦ ਆ ਜੇ ਅਗਰ ਕਿਸਾਨੀ ਜਿੱਤੀ ਹੈ ਤੇ ਉਹਦੇ ਵਿੱਚ ਕਿਸੇ ਲੀਡਰ ਦਾ ਕੁਛ ਨਹੀਂ ਉਹ ਕਿਸਾਨ ਦੀ ਆਪਦੀ ਮਿਹਨਤ ਹੈ ਕਿ ਉਹ ਦਿੱਲੀ ਦੀਆਂ ਬਰੂਹਾਂ ਤੋਂ ਜਿੱਤ ਕੇ ਅੱਜ ਪੰਜਾਬ ਦੇ ਵਿੱਚ ਵਾਪਸ ਮੁੜੇ ਬੋਲੇ ਜ਼ਾਲਮ 700 ਕਿਸਾਨ ਸ਼ਹਾਦਤ ਪਾ ਗਏ ਉਹ ਜ਼ਾਲਮ ਉਹ ਦਿੱਲੀ ਦੀ ਸਰਕਾਰ ਅੱਜ ਤੱਕ ਉਹ 700 ਕਿਸਾਨਾਂ ਨੂੰ ਨਮਨ ਨਹੀਂ ਕਰ ਸਕੀ ਉਹਨਾਂ ਦੇ ਮੂਰੇ ਝੁਕ ਨਹੀਂ ਸਕੀ ਕੀ ਕਹਾ ਇਹਨਾਂ ਵੱਡੇ ਵੱਡੇ ਸਿਆਸਤਦਾਨਾਂ ਦੇ ਬਾਰੇ ਅੰਨੀ ਦੇ ਨੈਣਾ ਨੂੰ ਖੁਮਾਰ ਆਇਆ ਆ ਨੈਣਾ ਨੂੰ ਹੁਮਾਰ ਆਇਆ ਅੱਜ ਗੰਜੀ ਨੂੰ ਕੰਗੀ ਦਾ ਪਿਆਰ ਆਇਆ ਠੋਕੋ ਠੋਕੋ ਤਕਾ ਕੇ ਠੋਕੋ ਆਪਦੇ ਸਰਗੰਝੇ ਨੇ ਤੇ ਕੰਗੀਆਂ ਭਾਲਦੇ ਫਿਰਦੇ ਆ ਬਾਹਰ ਨਿਕਲ ਨਹੀਂ ਦਿੰਦਾ ਕੋਈ ਤੇ ਇਹ ਪੰਜਾਬ ਦੇ ਵਿੱਚ ਆਪਦੀ ਸਰਦਾਰੀ ਕਾਇਮ ਕਰਨ ਨੂੰ ਫਿਰਦੇ ਆ ਪੰਜਾਬ ਬਹੁਤ ਸਿਆਣਾ ਹੈ ਪੰਜਾਬ ਪੰਜਾਬੀਅਤ ਨੂੰ ਮੰਨਦਾ ਹੈ ਪੰਜਾਬ ਆਪਸੀ ਭਾਈਚਾਰੇ ਨੂੰ ਮੰਨਦਾ ਹੈ ਪੰਜਾਬ ਕਿਸਾਨੀ ਨੂੰ ਮੰਨਦਾ ਹੈ ਪੰਜਾਬ ਕਿਸਾਨ ਮਜ਼ਦੂਰ ਇਕਤਾ ਨੂੰ ਮੰਨਦਾ ਹੈ ਪੰਜਾਬ ਵੰਡਣ ਵਾਲਿਆਂ ਨੂੰ ਨਹੀਂ ਮੰਨਦਾ ਤੇ ਜਦੋਂ ਵੀ ਕੋਈ ਧਰਮ ਦੇ ਨਾਂ ਤੇ ਤੋੜਨ ਦੀ ਕੋਸ਼ਿਸ਼ ਕਰਦਾ ਹੈ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਦਾ ਹੈ ਔਰ ਗੁਰੂ ਸਾਹਿਬ ਦੀ ਬੇਅਦਬੀ ਕਰਾਉਂਦਾ ਹੈ ਤੇ ਪੰਜਾਬ ਉਹਨੂੰ ਬੀਜ ਦਿੰਦਾ ਹੈ ਬੀਜ ਉਹਦੇ ਵੱਟ ਦਿੰਦਾ ਕੱਢ